ਕਲਾਸ ਸੋ ਜਿਸ ਤਰੀਕੇ ਦੇ ਨਾਲ ਤੁਹਾਨੂੰ ਯੂਰੀਆ ਫੋਰਮੇਸ਼ਨ ਦੇ ਬਾਰੇ ਦੇ ਵਿੱਚ ਸਮਝਾ ਦਿੱਤਾ ਸੀ, ਇਸੇ ਤਰੀਕੇ ਦੇ ਨਾਲ ਹੁਣ ਅੱਗੇ ਤੁਹਾਡੇ ਕੋਲ ਆ ਗਿਆ ਬੱਚੇ ਯੂਰੀਨ ਫੋਰਮੇਸ਼ਨ ਆ ਗਿਆ, ਠੀਕ ਹੈ, ਜਿਹਨੂੰ ਹੋਰ ਕੀ ਕਹਿੰਦੇ ਆ ਯੂਰੋਪੋਇਸਿਸ ਕਹਿੰਦੇ ਆ, ਹੈ ਨਾ। ਸੋ 10th ਕਲਾਸ ਦੇ ਵਿੱਚ ਵੀ ਪੜ੍ਹੀ ਹੋਈ ਹੈ ਪਰ ਇੱਥੇ ਤੁਹਾਨੂੰ ਹੋਰ ਜ਼ਿਆਦਾ ਡਿਟੇਲ ਦੇਖਣ ਨੂੰ ਮਿਲੇਗੀ। ਸੋ 3 ਪ੍ਰੋਸੈਸਿਸ ਦੇ ਵਿੱਚ ਯੂਰੀਨ ਫੋਰਮੇਸ਼ਨ ਹੋ ਰਹੀ ਹੈ। ਸਭ ਤੋਂ ਪਹਿਲੇ ਤੁਹਾਡੇ ਕੋਲ ਹੋ ਰਹੀ ਗਲੋਮੇਰੂਲਰ ਫਿਲਟਰੇਸ਼ਨ, ਜਿਹਨੂੰ ਕਿ ਅਸੀਂ ਅਲਟਰਾ ਫਿਲਟਰੇਸ਼ਨ ਵੀ ਕਹਿ ਦਿੰਦੇ ਹਾਂ, ਟਿਊਬੂਲਰ ਰੀਅਬਜ਼ੋਰਪਸ਼ਨ ਹੋ ਰਹੀ ਹੈ ਅਤੇ ਟਿਊਬੂਲਰ ਸਿਕ੍ਰੀਸ਼ਨ ਹੋ ਰਹੀ ਹੈ। ਸੋ ਨਾ ਗਲੋਮੇਰੂਲਰ ਫਿਲਟਰੇਸ਼ਨ, ਹੁਣ ਤੁਸੀਂ ਦਿਮਾਗ ਦੇ ਵਿੱਚ ਡਾਇਗਰਾਮਸ ਰੱਖਣੀਆਂ ਨੇ, ਹੈ ਨਾ। ਸੋ ਆਹ ਤੁਹਾਨੂੰ ਪਤਾ ਬੋਮੈਨਸ ਕੈਪਸੂਲ ਹੈ, ਹੈ ਨਾ। ਸੋ ਜੋ ਨੈਫਰੋਨ ਸੀਗਾ, ਸੋ ਉਹਦੇ ਅੰਦਰ ਡਬਲ ਵਾਲ ਇੱਕ ਕੱਪ ਲਾਈਕ ਜੋ ਸਟਰਕਚਰ ਸੀਗਾ ਉਹਨੂੰ ਅਸੀਂ ਬੋਮੈਨਸ ਕੈਪਸੂਲ ਕਿਹਾ ਸੀ, ਜਿਹਦੇ ਅੰਦਰ ਕਿ ਕਪਿਲਰੀਜ਼ ਦਾ ਨੈਟਵਰਕ ਪ੍ਰੈਜੈਂਟ ਸੀਗਾ। ਕਿਉਂ? ਕਿਉਂਕਿ ਇੱਥੇ ਉਹਦੀ ਬਲੱਡ ਸਪਲਾਈ ਜਿਹੜੀ ਹੈ ਉਹ ਆ ਰਹੀ ਹੈ। ਤੁਹਾਨੂੰ ਪਤਾ ਕਿ ਇੱਥੇ ਕੀ ਹੋਣਾ, ਕੀ ਹੈ ਯੂਰੀਨ ਫੋਰਮੇਸ਼ਨ ਕਿੱਥੋਂ ਹੋਣੀ ਹੈ, ਬਲੱਡ ਨੂੰ ਛਾਨਣਾ ਹੈਗਾ ਇੱਕ ਤਰ੍ਹਾਂ ਦਾ, ਬਲੱਡ ਦੀ ਫਿਲਟਰੇਸ਼ਨ ਹੋਣੀ ਹੈ, ਉਹਦੇ ਤੋਂ ਯੂਰੀਨ ਫੋਰਮੇਸ਼ਨ ਹੋ ਜਾਣੀ ਹੈ। ਸੋ ਪਲਾਜ਼ਮਾ ਜ਼ਿਆਦਾ ਹਿੱਸਾ ਜਿਹੜਾ ਹੈਗਾ ਇਹਦੇ ਅੰਦਰ ਕਿੱਦਾਂ ਚਲਾ ਜਾਣਾ, ਬਲੱਡ ਦੇ ਪਲਾਜ਼ਮਾ ਦਾ ਚਲਾ ਜਾਣਾ, ਕਾਰਪਸਲਸ ਜਿਹੜੇ ਹੈਗੇ ਉਹ ਨਹੀਂ ਜਾਂਦੇ, ਹੈ ਨਾ। ਸੋ ਫਿਰ ਜਿਹੜੀਆਂ ਚੀਜ਼ ਸਾਰਾ ਜੋ ਬਲੱਡ ਦੇ ਵਿੱਚੋਂ ਦੀ ਜੋ ਵੇਸਟ ਨਿਕਲਣੀ ਆ ਸਿਰਫ ਉਹ ਹੀ ਨਿਕਲਣੀ, ਬਾਕੀ ਸਾਰਾ ਬਲੱਡ ਜਿਹੜਾ ਹੈਗਾ ਡਿਫਰੈਂਟ ਆਰਟੀਰੀਓਲਸ ਦੇ ਦੁਆਰਾ, ਇਹ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਗੋਂ ਫਿਰ ਤੋਂ ਦੁਬਾਰਾ ਮੈਂ ਦੱਸਣ ਲੱਗੀ ਹਾਂ, ਡਿਫਰੈਂਟ ਆਰਟੀਰੀਓਲਸ ਜਿਹੜੇ ਇੱਕ ਨੈਟਵਰਕ ਦੇ ਵਿੱਚ ਡਿਵਾਈਡ ਕਰ ਜਾਂਦੇ, ਪੈਰੀਟਿਊਬੂਲਰ ਕਪਿਲਰੀ ਨੈਟਵਰਕ ਬਣ ਜਾਂਦਾ ਹੈਗਾ, ਜੋ ਇਹ ਪਿੰਕ 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 ਕਲਰ ਦੇ ਸਾਰਾ ਹੈਗੀਆਂ, ਠੀਕ ਹੈ, ਕਪਿਲਰੀਜ਼। ਸੋ ਇਹ ਨੈਟਵਰਕ ਬਣ ਜਾਂਦਾ ਅਤੇ ਦੁਬਾਰਾ ਹਾਰਟ ਦੇ ਕੋਲ ਫਿਰ ਦੁਬਾਰਾ ਬਲੱਡ ਪਹੁੰਚ ਜਾਂਦਾ, ਹੈ ਨਾ। ਸੋ ਬਾਕੀ ਸਾਰਾ ਜਿਹੜਾ ਫਿਲਟਰੇਟ ਹੈਗਾ ਉਹਦੀ ਯੂਰੀਨ ਫੋਰਮੇਸ਼ਨ ਹੋ ਜਾਂਦੀ ਹੈ। ਸੋ ਆਹ ਜਿਹੜੀਆਂ ਪੈਰੀ ਕਪਿਲਰੀ ਨੈਟਵਰਕ ਹੈਗਾ, ਸੋ ਇਹਦੀਆਂ ਕਪਿਲਰੀਜ਼ ਨੂੰ ਤੁਸੀਂ ਯਾਦ ਰੱਖਣਾ, ਕਿਉਂ? ਕਿਉਂਕਿ ਅੱਗੇ ਜਾ ਕੇ ਯੂਰੀਨ ਫੋਰਮੇਸ਼ਨ ਤੋਂ ਬਾਅਦ ਨਾ ਮੈਂ ਤੁਹਾਨੂੰ ਇੱਕ ਕਾਊਂਟਰ ਕਰੰਟ ਮੈਕਾਨਿਜ਼ਮ ਪੜ੍ਹਾਉਣਾ। ਸੋ ਬੱਚੇ ਦੇਖੋ ਕਿੰਨੀ ਮਤਲਬ ਪੂਰੀ ਕੋਸ਼ਿਸ਼ ਕੀਤੀ ਗਈ ਹੈ ਕਿ ਬੋਡੀ ਦਾ ਜਿਹੜਾ ਵਾਟਰ ਹੈਗਾ ਉਹ ਸਾਰਾ ਨਾ ਕਿਤੇ ਨਿਕਲ ਜਾਏ। ਦੇਖੋ ਯੂਰੀਨ ਕਿੰਨਾ ਡਿਲਿਊਟ ਹੁੰਦਾ ਨਾ, ਠੀਕ ਹੈ, ਪਰ ਫਿਰ ਵੀ ਪਾਣੀ ਸਾਰਾ ਨਿਕਲ ਨਹੀਂ ਨਾ ਜਾਣਾ ਚਾਹੀਦਾ ਬੋਡੀ ਦੇ ਵਿੱਚੋਂ ਦੀ, ਤਾਂ ਇੱਕ ਕਾਊਂਟਰ ਕਰੰਟ ਮੈਕਾਨਿਜ਼ਮ ਹੈ ਜਿਹਦੇ ਦੁਆਰਾ ਕੀ ਹੈ ਕਿ ਵੀ ਯੂਰੀਨ ਦੇ ਵਿੱਚੋਂ ਜਿੰਨੀ ਕੋਸ਼ਿਸ਼ ਹੋ ਸਕੇ ਪਾਣੀ ਨੂੰ ਅਬਜ਼ੋਰਬ ਕਰ ਲਿਆ ਜਾ ਸਕੇ, ਸਿਰਫ ਵੇਸਟ ਹੀ ਬਾਹਰ ਕੱਢੀ ਜਾ ਸਕੇ। ਸੋ ਉਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਆਉਣਾ ਹੈਗਾ ਇਸ ਵੈਸਾ ਰੈਕਟਮ ਦਾ, ਵੈਸ ਰੈਕਟਮ ਦਾ। ਐਕਚੁਅਲੀ ਵੈਸ ਰੈਕਟਮ ਕੀ ਹੈ, ਉਹੀ ਜਿਹੜੇ ਡਿਫਰੈਂਟ ਆਰਟੀਰੀਓਲਸ ਦੀ ਮੈਂ ਉੱਤੇ ਜ਼ੋਰ ਦੇ ਰਹੀ ਹਾਂ ਬਾਰ ਬਾਰ, ਉਹਦੇ ਵਿੱਚ ਹੁੰਦੀ ਹੈ ਜਿਹੜਾ ਕਪਿਲਰੀਜ਼ ਦਾ ਨੈਟਵਰਕ ਨਿਕਲਿਆ ਹੈਗਾ। ਸੋ ਇਹ ਲੂਪ ਆਫ ਹੈਨਲ ਦੇ ਵਿੱਚ ਜਿਹੜੀਆਂ ਕਪਿਲਰੀਜ਼ ਆ ਗਈਆਂ ਨੇ, ਠੀਕ ਹੈ, ਇਹ ਡਿਸੈਂਡਿੰਗ ਕਪਿਲਰੀ ਹੈ, ਅਸੈਂਡਿੰਗ ਕਪਿਲਰੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਲੂਪ ਆਫ ਹੈਨਲ ਦੀਆਂ ਵੀ, ਤਾਂ ਇਹ ਡਿਸੈਂਡਿੰਗ ਆਰਮ ਹੈਗੀ ਹੈ, ਅਸੈਂਡਿੰਗ ਲਿੰਬ ਹੈਗੀ ਹੈ, ਓਕੇ। ਸੋ ਉਹਦੇ ਅੰਦਰ ਇਹਦੇ ਅੰਦਰ ਅਤੇ ਆਹ ਜਿਹੜਾ ਕੁਲੈਕਟਿੰਗ ਟਿਬਿਊਲ ਹੈਗਾ, ਠੀਕ ਹੈ, ਅਤੇ ਇਹਦੇ ਆਲੇ ਦੁਆਲੇ ਲੂਪ ਆਫ ਹੈਨਲ ਹੈਗਾ। ਇਹਦੇ 'ਚ ਇੱਥੇ ਦਿਖਾਉਣਾ ਤੁਹਾਨੂੰ ਸਾਰਾ ਕਾਊਂਟਰ ਕਰੰਟ ਮੈਕਾਨਿਜ਼ਮ, ਕਿੱਦਾਂ ਵਾਟਰ ਦੀ ਦੁਬਾਰਾ ਤੋਂ ਅਬਜ਼ੋਰਪਸ਼ਨ ਹੋਣੀ। ਇਸ ਕਰਕੇ ਮੈਂ ਹੁਣੇ ਤੁਹਾਨੂੰ ਦੱਸ ਰਹੀ ਹਾਂ, ਇਸ ਗੱਲ ਦੇ ਉੱਤੇ ਮੈਂ ਬਾਰ ਬਾਰ ਜ਼ੋਰ ਦੇ ਰਹੀ ਹਾਂ। ਸੋ ਐਫਰੈਂਟ ਆਰਟੀਰੀਓਜ਼ ਬਲੱਡ ਲੈ ਕੇ ਆਏ ਸੀ, ਇਫਰੈਂਟ ਜਿਹੜੇ ਹੈਗੇ ਬਾਅਦ 'ਚ ਲੈ ਜਾਣਗੇ, ਕੈਪਿਲਰੀਜ਼ ਦੇ ਨੈਟਵਰਕ ਦੇ ਵਿੱਚ ਉਹ ਡਿਵਾਈਡ ਕਰ ਗਏ ਹੈ। ਬਹੁਤ ਸਾਰੀਆਂ ਕੈਪਿਲਰੀਜ਼ ਲੂਪ ਆਫ ਹੈਨਲ 'ਚ ਵੀ ਆ ਚੁੱਕੀਆਂ, ਕੈਪਿਲਰੀਜ਼ ਜੇਕਰ ਜਿਵੇਂ ਕਿ ਵੈਸ ਰੈਕਟਮ ਬਣਾਇਆ, ਫਿਰ ਲੂਪ ਆਫ ਹੈਨਲ ਅਤੇ ਵੈਸ ਰੈਕਟਮ ਜਿਹੜਾ ਹੈਗਾ ਨਾ, ਠੀਕ ਹੈ। ਸੋ ਇਹਨਾਂ ਦੇ ਵਿਚਕਾਰ, ਦੋਨਾਂ ਦੇ ਵਿਚਕਾਰ ਦੱਸਾਂਗੇ ਕਿਸ ਤਰੀਕੇ ਦੇ ਨਾਲ ਦੁਬਾਰਾ ਤੋਂ ਵਾਟਰ ਐਬਜ਼ੋਰਪਸ਼ਨ ਹੋ ਰਹੀ ਹੈ, ਤਾਂ ਸਿਰਫ ਜਿਹੜਾ ਹਾਈਪਰਟੋਨਿਕ ਯੂਰੀਨ ਜਿਹੜਾ ਹੈਗਾ ਉਹ ਪਾਸ ਆਊਟ ਕੀਤਾ ਜਾ ਰਿਹਾ, ਇਹ ਬਾਅਦ ਦੇ ਵਿੱਚ ਆਉਣਾ। ਆ ਜਾਓ ਹੁਣ ਪਹਿਲਾਂ ਅਸੀਂ ਯੂਰੀਨ ਫੋਰਮੇਸ਼ਨ ਕਰ ਲਈਏ। ਗਲੋਮੇਰੂਲਰ ਫਿਲਟਰੇਸ਼ਨ ਤੁਹਾਨੂੰ ਦੱਸਿਆ ਸੀਗਾ ਕਿ ਆਹ ਬੋਮੈਨਸ ਕੈਪਸੂਲ ਹੈਗਾ, ਹੈ ਨਾ। ਸੋ ਕੱਪ ਲਾਈਕ ਸਟਰਕਚਰ ਹੈਗਾ, ਇਹਦੇ ਡਬਲ ਵਾਲਸ ਹੈ, ਹੈ ਨਾ, ਠੀਕ ਹੈ। ਸੋ ਇਹਦੇ ਅੰਦਰ ਗੁੱਛਾ ਪਿਆ ਹੋਇਆ ਗਲੋਮੇਰੂਲਰ ਕਪਿਲਰੀਜ਼ ਦਾ, ਹੈ ਨਾ, ਠੀਕ ਹੈ। ਸੋ ਇਹਦੀਆਂ ਵਾਲਸ ਜਿਹੜੀਆਂ ਹੈਗੀਆਂ ਬਹੁਤ ਥਿਨ ਹੈ, ਸੈਮੀ ਪਰਮੀਏਬਲ ਹੈ, ਕਿਉਂਕਿ ਤੁਹਾਨੂੰ ਪਤਾ ਇਹਨਾਂ ਦੇ ਅੰਦਰ ਸਲਿਟ ਪੋਰਸ ਪ੍ਰੈਜੈਂਟ ਹੈਗੀਆਂ। ਤੁਹਾਨੂੰ ਸਾਰਾ ਸਮਝਾ ਦਿੱਤਾ ਸੀਗਾ ਸਟਰਕਚਰ ਜਦੋਂ ਅਸੀਂ ਪਿੱਛੇ ਕੀਤਾ, ਹੈ ਨਾ। ਸੋ ਪੋਰਸ ਪ੍ਰੈਜੈਂਟ ਹੈ, ਸਲਿਟ ਪੋਰਸ ਪ੍ਰੈਜੈਂਟ ਹੈਗੀਆਂ ਨੇ, ਓਕੇ। ਉਹ ਕੀ ਕਰਦੀਆਂ ਹੈਗੀਆਂ, ਵਾਟਰ ਅਤੇ ਛੋਟੇ ਮੋਟੇ ਜਿਹੜੇ ਮੋਲੀਕੂਲਸ ਬਲੱਡ ਦੇ ਵਿੱਚ ਪ੍ਰੈਜੈਂਟ ਹੈਗੇ ਨੇ ਉਹਨਾਂ ਨੂੰ ਉਹਦੇ ਵਿੱਚੋਂ ਦੀ ਜਾਣ ਦਿੰਦੀਆਂ, ਹੈ ਨਾ, ਠੀਕ। ਸੋ ਫਲੂਇਡ ਜਿਹਦੇ ਅੰਦਰ ਕਿ ਸਾਰਾ ਦੇ ਸਾਰਾ ਮਟੀਰੀਅਲ ਜਿਹੜਾ ਆ ਜਾਂਦਾ, ਠੀਕ ਹੈ। ਸੋ ਫਿਰ ਉਹਨੂੰ ਕੀ ਕੀਤਾ ਜਾਂਦਾ, ਗਲੋਮੇਰੂਲਰ ਕਪਿਲਰੀਜ਼ ਦੇ ਵਿੱਚੋਂ ਦੀ ਨਿਕਲ ਕੇ ਉਹ ਕਿੱਥੇ ਆ ਜਾਂਦੀਆਂ, ਬੋਮੈਨਸ ਕੈਪਸੂਲ ਦੇ ਵਿੱਚ ਆ ਜਾਂਦੀਆਂ, ਠੀਕ ਹੈ, ਕਿਉਂਕਿ ਉੱਥੇ ਬਲੱਡ ਦਾ ਪ੍ਰੈਸ਼ਰ ਕੀ ਹੈ, ਗਲੋਮੇਰੂਲਰ ਕਪਿਲਰੀਜ਼ ਦੇ ਅੰਦਰ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਹੈ। ਸੋ ਬੱਚੇ ਕੀ ਕੀਤਾ ਗਿਆ, ਬਲੱਡ ਨੂੰ ਛਾਨਿਆ ਗਿਆ, ਗਲੋਮੇਰੂਲਰ ਕਪਿਲਰੀਜ਼ ਦੇ ਅੰਦਰ ਬਲੱਡ ਆ ਗਿਆ ਸੀ, ਬਲੱਡ ਦੇ ਵਿੱਚੋਂ ਦੀ ਵਾਟਰ ਮੋਲੀਕਿਊ, ਵਾਟਰ ਅਤੇ ਹੋਰ ਛੋਟੇ ਮੋਟੇ ਜਿਹੜੇ ਮੋਲੀਕਿਊਲਸ ਸੀਗੇ, ਹੈ ਨਾ, ਠੀਕ ਹੈ। ਸੋ ਉਹ ਬੋਮੈਨਸ ਕੈਪਸੂਲ ਦੇ ਵਿੱਚ ਆ ਚੁੱਕੇ ਹੈ, ਠੀਕ ਹੈ। ਸੋ ਗਲੋਮੇਰੂਲਰ ਕਪਿਲਰੀਜ਼ ਦੇ ਵਿੱਚ ਬਲੱਡ ਦਾ ਪ੍ਰੈਸ਼ਰ, ਕਿਉਂਕਿ ਬਹੁਤ ਜ਼ਿਆਦਾ ਸੀਗਾ, ਇਹ ਪ੍ਰੈਸ਼ਰ ਜਿਹੜਾ ਹਾਈ ਹੁੰਦਾ, ਕਿਉਂਕਿ ਗਲੋਮੇਰੂਲਰ ਕਪਿਲਰੀਜ਼ ਜਿਹੜੀਆਂ ਹੁੰਦੀਆਂ ਨੇ ਐਫਰੈਂਟ ਰੀਨਲ ਆਰਟਰੀਜ਼ ਜਿਹੜੀ ਹੈ, ਜਿਹੜੀ ਕਿ ਬਲੱਡ ਲੈ ਕੇ ਆਈ ਸੀ, ਉਹਦੇ ਨਾਲੋਂ ਨੈਰੋ ਹੁੰਦੀਆਂ ਨੇ, ਇਸ ਕਰਕੇ ਗਲੋਮੇਰੂਲਰ ਕਪਿਲਰੀਜ਼ ਦੇ ਅੰਦਰ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਹੁੰਦਾ। ਨਾ ਨਾ ਤੁਹਾਨੂੰ ਦੱਸਿਆ ਜਾਏਗਾ ਕਿ ਕਿੰਨਾ ਕਿੰਨਾ ਪ੍ਰੈਸ਼ਰ ਹੁੰਦਾ ਬਲੱਡ ਦਾ, 75 mm ਮਰਕਰੀ ਹੁੰਦਾ, ਹੈ ਨਾ, ਗਲੋਮੇਰੂਲ ਦੀਆਂ ਕਪਿਲਰੀਜ਼ ਦੇ ਅੰਦਰ ਬਲੱਡ ਦਾ ਜੋ ਪ੍ਰੈਸ਼ਰ ਹੁੰਦਾ, ਓਕੇ। ਸੋ ਹੁਣ ਬਲੱਡ ਦੇ ਵਿੱਚੋਂ ਦੀ ਜਿਹੜਾ ਫਲੂਇਡ ਨਿਕਲ ਆਇਆ ਹੈਗਾ, ਠੀਕ ਹੈ, ਸੋ ਉਹ ਕੀ ਹੈ ਕਿ
ਜਿਹੜੀਆਂ ਕੈਪੀਲਰੀਜ਼, ਜਿਹੜੀ ਗਲੋਮੇਰੂਲਰ ਕੈਪੀਲਰੀਜ਼ ਹੈ, ਸੋ ਉਹਦੇ ਅੰਦਰ ਜਿਹੜੀਆਂ ਪਲਾਜ਼ਮਾ ਪ੍ਰੋਟੀਨਸ ਪ੍ਰੈਜ਼ੈਂਟ ਹੈ ਉਹਦੇ ਓਸਮੋਟਿਕ ਪ੍ਰੈਸ਼ਰ ਦੇ ਕਰਕੇ ਯੂਰੀਨਰੀ ਟਬਿਊਲ ਦੇ ਅੰਦਰ ਜਿਹੜਾ ਫਲੂਇਡ ਪ੍ਰੈਜ਼ੈਂਟ ਹੈਗਾ ਉਹਦੇ ਹਾਈਡਰੋਸਟੈਟਿਕ ਪ੍ਰੈਸ਼ਰ ਦੇ ਕਰਕੇ, ਠੀਕ ਹੈ, ਜਿਹੜਾ ਕਿ ਕਿੰਨਾ ਹੋ ਸਕਦਾ ਮੈਨ ਦੇ ਅੰਦਰ 30 mm ਮਰਕਰੀ ਜਾਂ 20 mm ਮਰਕਰੀ ਹੋ ਸਕਦਾ ਹੈਗਾ। ਸੋ ਨੈੱਟ ਫੋਰਸ ਜਿਹੜੀ ਕਿ ਮੂਵ ਕਰਦੀ ਪਈ ਹੈਗੀ ਹੈ ਨਾ, ਕਿ ਗਲੋਮੇਰੂਲਰ ਕੈਪੀਲਰੀਜ਼ ਤੋਂ ਫਲੂਇਡ ਜਿਹੜਾ ਹੈਗਾ ਅੱਗੇ ਮੂਵ ਕਰ ਜਾਏ, ਉਹਨੂੰ ਅਸੀਂ ਫਿਲਟਰੇਸ਼ਨ ਪ੍ਰੈਸ਼ਰ ਵੀ ਕਹਿੰਦੇ ਹਾਂ, ਠੀਕ ਹੈ, ਜਿਹੜਾ ਕਿ ਕਿੰਨਾ ਹੈਗਾ ਜਿੰਨਾ ਕਿ ਟੋਟਲ ਗਲੋਮੇਰੂਲਰ ਕੈਪੀਲਰੀਜ਼ ਦੇ ਅੰਦਰ ਪ੍ਰੈਸ਼ਰ ਸੀ ਨਾ ਉਹਦੇ ਵਿੱਚੋਂ ਦੀ ਤੁਸੀਂ ਇਹ ਮਾਈਨਸ ਕਰ ਦਿਓ, ਠੀਕ ਹੈ, ਯੂਰੀਨਰੀ ਜਿਹੜੇ ਟਬਿਊਲਜ਼ ਦੇ ਅੰਦਰ ਜਿਹੜਾ ਪ੍ਰੈਸ਼ਰ ਉਹਨਾਂ ਨੂੰ ਮਾਈਨਸ ਕਰ ਦਿਓ, ਤਾਂ ਫਿਰ ਗਲੋਮੇਰੂਲਰ ਕੈਪੀਲਰੀਜ਼ ਜਿਹੜੀਆਂ ਕਿ ਜਿਨ੍ਹਾਂ ਦੇ ਅੰਦਰ ਜਿਹੜੀਆਂ ਕਿ ਅੱਗੇ ਭੇਜਣਾ ਚਾਹ ਰਹੀਆਂ ਨੇ ਫਲੂਇਡ ਨੂੰ, ਉਹਨਾਂ ਦੇ ਅੰਦਰ ਹੁਣ ਫਲੂਇਡ ਕਿੰਨਾ ਹੋ ਗਿਆ 25 mm ਆਫ ਮਰਕਰੀ। ਓਕੇ, ਉਹ ਇਹ ਜਿਹੜੀ ਸੈਪਰੇਸ਼ਨ ਹੋਈ ਹੈ ਸਮਾਲ ਮੋਲੀਕਿਊਲਸ ਦੀ ਅਤੇ ਆਇਨਸ ਦੀ ਲਾਰਜ ਮੋਲੀਕਿਊਲਸ ਤੋਂ, ਠੀਕ ਹੈ, ਸੈਲਸ ਦੀ ਜਿਹੜੀ ਸੈਪਰੇਸ਼ਨ ਹੋਈ ਹੈ ਨਾ, ਠੀਕ ਹੈ, ਬਲੱਡ ਤੋਂ, ਇਹਨੂੰ ਅਸੀਂ ਅਲਟਰਾ ਫਿਲਟਰੇਸ਼ਨ ਕਹਿੰਦੇ ਹਾਂ। ਅਲਟਰਾ ਫਿਲਟਰੇਸ਼ਨ ਕਿਉਂ ਕਹਿੰਦੇ, ਕਿਉਂਕਿ ਬੱਚੇ ਕਾਫੀ ਸਾਰੇ ਮੋਲੀਕਿਊਲਸ ਜਿਹੜੇ ਹੈਗੇ ਬਲੱਡ ਦੇ ਵਿੱਚੋਂ ਦੀ ਸੈਪਰੇਟ ਹੋ ਗਏ ਆ, ਅਤੇ ਇਹ ਜਿਹੜਾ ਫਲੂਇਡ ਜਿਹੜਾ ਹੈਗਾ, ਠੀਕ ਹੈ, ਹੁਣ ਵੂਮੈਨਸ ਕੈਪਸੂਲ ਦੇ ਵਿੱਚ ਆ ਚੁੱਕਾ ਹੈ, ਬਲੱਡ ਦੇ ਵਿੱਚੋਂ ਦੀ ਛਾਣ ਕੇ ਆ ਚੁੱਕਾ ਹੈਗਾ ਫਲੂਇਡ, ਇਹਨੂੰ ਅਸੀਂ ਗਲੋਮੇਰੂਲਰ ਫਿਲਟਰੇਟ ਕਹਿੰਦੇ ਹਾਂ, ਜਾਂ ਫਿਰ ਕੈਪਸੂਲਰ ਫਿਲਟਰੇਟ ਵੀ ਕਹਿੰਦੇ ਹਾਂ, ਜਾਂ ਫਿਰ ਅਸੀਂ ਅਲਟਰਾ ਫਿਲਟਰੇਟ ਵੀ ਕਹਿੰਦੇ ਹਾਂ। ਹੁਣ ਦੇਖੋ ਨਾ, ਧਿਆਨ ਨਾਲ ਗੱਲ ਨੂੰ ਸਮਝੋ, ਗਲੋਮੇਰੂਲਰ ਫਿਲਟਰੇਸ਼ਨ ਰੇਟ, ਇਹ ਤੁਹਾਨੂੰ ਕੁਸਚਨ ਵੀ ਹੈਗਾ। ਸੋ ਕੀ ਹੈ ਕਿ ਤਕਰੀਬਨ 1100 ਤੋਂ ਲੈ ਕੇ 2000 ਲੀਟਰ ਜਿਹੜਾ ਬਲੱਡ ਸੀਗਾ ਨਾ, ਉਹ ਪੂਰੇ ਦਿਨ ਦੇ ਵਿੱਚ ਇੰਨਾ ਲੀਟਰ ਬਲੱਡ ਤੁਹਾਡੀ ਕਿਡਨੀ ਦੇ ਵਿੱਚੋਂ ਦੀ ਗੁਜ਼ਰ ਜਾਂਦਾ ਹੈਗਾ, ਪਰ ਬੱਚੇ ਇਹਦੇ ਵਿੱਚੋਂ ਦੀ ਸਿਰਫ 275 ਟਾਈਮਸ ਜਿਹੜਾ ਹੈਗਾ, ਜਿੰਨਾ ਟੋਟਲ ਵੋਲੀਅਮ ਜਿਹੜਾ ਹੈਗਾ ਨਾ ਬਲੱਡ ਦਾ ਬੋਡੀ ਦੇ ਅੰਦਰ, ਠੀਕ ਹੈ, ਇਹ ਉਹਦਾ ਕਿੰਨਵਾਂ ਹਿੱਸਾ ਹੈਗਾ, 275 ਟਾਈਮ ਜ਼ਿਆਦਾ ਹੈਗਾ, ਹੈ ਨਾ। ਗਲੋਮੇਰੂਲਰ ਫਿਲਟਰੇਸ਼ਨ ਰੇਟ ਜਿਹੜਾ ਹੈਗਾ ਕਿਸੇ ਵੀ ਅਡਲਟ ਹਿਊਮਨ ਬੀਂਗ ਦੇ ਅੰਦਰ ਕਿੰਨਾ ਹੋ ਸਕਦਾ, 125 mL ਪਰ ਮਿਨਟ। ਗੱਲ ਸਮਝਦੇ ਪਏ ਨਾ, ਠੀਕ ਹੈ। ਸੋ ਪਰ ਜਿਹੜੇ ਇੱਕ ਮਿਨਟ ਦੇ ਵਿੱਚ ਅਸੀਂ ਪੂਰੇ ਦਿਨ ਦੇ ਵਿੱਚ ਕਿਹਾ ਹੈਗਾ 1100 ਤੋਂ ਲੈ ਕੇ 2000 ਲੀਟਰ ਖੂਨ ਨਿਕਲ ਜਾਂ ਗੁਜ਼ਰ ਜਾਂਦਾ ਹੈਗਾ ਕਿਡਨੀ ਦੇ ਵਿੱਚੋਂ ਦੀ ਇੱਕ ਮਿੰਟ ਦੇ ਵਿੱਚ, ਠੀਕ ਹੈ, ਹਿਊਮਨ ਬੀਂਗ ਜਿਹੜਾ ਹੈਗਾ ਉਹਦੇ ਅੰਦਰ ਪਰ ਕਿੰਨਾ ਫਿਲਟਰੇਸ਼ਨ ਰੇਟ ਹੈਗਾ ਉਹਦਾ 125 mL ਇੱਕ ਮਿੰਟ ਦੇ ਅੰਦਰ, ਅਤੇ 180 ਲੀਟਰ ਜਿਹੜਾ ਹੈਗਾ ਨਾ ਫਿਲਟਰੇਟ ਜਿਹੜਾ ਹੈਗਾ ਡੇਲੀ ਪ੍ਰੋਡਿਊਸ ਕੀਤਾ ਜਾਂਦਾ। ਇੱਕ ਮਿੰਟ ਦੇ ਵਿੱਚ ਕਿੰਨਾ ਫਿਲਟਰੇਟ ਪ੍ਰੋਡਿਊਸ ਕੀਤਾ ਜਾਂਦਾ, 125 mL, ਅਤੇ ਪੂਰੇ ਦਿਨ ਦੇ ਵਿੱਚ ਬੱਚੇ 180 ਲੀਟਰ, ਹੈ ਨਾ। ਪਰ ਇੰਨਾ ਯੂਰੀਨ ਥੋੜ੍ਹੀ ਅਸੀਂ ਇੰਨਾ ਪਾਸ ਆਊਟ ਕਰਦੇ ਹਾਂ, ਇੰਨਾ ਯੂਰੀਨ ਪਾਸ ਆਊਟ ਕਰਨ ਦੇ ਲਈ ਤਾਂ ਬਹੁਤ ਕੁਛ ਚਾਹੀਦਾ, ਅਸੀਂ ਤਾਂ ਸਿਰਫ ਜਿਹੜਾ ਹੈਗਾ 1.5 ਲੀਟਰ ਹੀ ਇੱਕ ਦਿਨ ਦੇ ਵਿੱਚ ਯੂਰੀਨ ਪਾਸ ਆਊਟ ਕਰਦੇ ਹਾਂ। ਇਹਦਾ ਮਤਲਬ ਕਿੰਨੀ ਐਬਜ਼ੋਰਪਸ਼ਨ ਕਰ ਲਈ ਜਾਂਦੀ ਹੈ, ਜੋ ਵੀ ਜਿਹੜੀ ਬਲੱਡ ਦੇ ਵਿੱਚੋਂ ਦੀ ਵੇਸਟ ਨਿਕਲਦੀ ਹੈ ਉਹਨੂੰ ਐਬਜ਼ੋਰਬ ਕਰ ਲਿਆ ਜਾਂਦਾ, ਸਿਰਫ ਬਹੁਤ ਘੱਟ ਯੂਰੀਨ ਪਾਸ ਆਊਟ ਕੀਤਾ ਜਾਂਦਾ। ਗਾਣਾ ਸਮਝਦੇ ਪਏ ਤੁਸੀਂ, ਠੀਕ ਹੈ ਨਾ। ਹੋਣਾ ਕਿੰਨਾ ਚਾਹੀਦਾ, 180 ਲੀਟਰ ਜਿਹੜਾ ਹੈਗਾ ਫਿਲਟਰੇਟ ਡੇਲੀ ਪ੍ਰੋਡਿਊਸ ਹੋ ਰਿਹਾ, ਹੈ ਨਾ, ਠੀਕ ਹੈ। ਸੋ ਪਰ ਕੀ ਹੈ ਕਿ ਕਿਡਨੀ ਜਿਹੜੀ ਹੈਗੀ ਸਿਰਫ, ਠੀਕ ਹੈ, ਸੋ ਮਤਲਬ ਕਿ ਵੀ ਨਹੀਂ ਤਾਂ ਇੰਨਾ ਇੰਨਾ ਲੀਕੁਡ ਥੋੜ੍ਹੀ ਅਸੀਂ ਆਪਣੀ ਬੋਡੀ ਦੇ ਵਿੱਚੋਂ ਦੀ ਜਾਣ ਦੇਵਾਂਗੇ, ਸਿਰਫ 1.5 ਲੀਟਰ ਜਿਹੜਾ ਹੈਗਾ ਨਾ ਯੂਰੀਨ ਡੇਲੀ ਜਿਹੜਾ ਹੈਗਾ ਪ੍ਰੋਡਿਊਸ ਕੀਤਾ ਜਾਂਦਾ ਪਿਆ। ਓਕੇ, ਸੋ ਅਲਟਰਾ ਫਿਲਟਰੇਟ ਜਿਹੜਾ ਹੈਗਾ, ਹੁਣ ਅਲਟਰਾ ਫਿਲਟਰੇਟ ਕਿਹਨੂੰ ਕਿਹਾ ਕਿ ਬੱਚੇ, ਜੋ ਵੀ ਬਾਰ ਬਾਰ ਮੈਂ ਗੱਲ ਕਰੀ ਜਾ ਰਹੀ ਹਾਂ, ਗਲੋਮੇਰੂਲਰ ਫਿਲਟਰੇਟ ਕਹਿ ਰਹੀ ਹਾਂ, ਅਲਟਰਾ ਫਿਲਟਰੇਟ ਕਹਿ ਰਹੀ ਹਾਂ, ਜੋ ਕਿ ਖੂਨ ਦੇ ਵਿੱਚੋਂ ਦੀ ਛਣ ਕੇ ਆ ਗਿਆ ਹੁਣ ਸਾਡੇ ਕੋਲ, ਜਿਹਦੇ ਵਿੱਚੋਂ ਯੂਰੀਨ ਬਣਨਾ, ਹਜੇ ਹੁਣੇ ਥੋੜ੍ਹੀ ਬਣ ਜਾਣਾ, ਹਜੇ ਤੱਕ ਤਾਂ ਇਹ ਪਹਿਲਾ ਹੀ ਸਟੈਪ ਸੀਗਾ, ਠੀਕ ਹੈ, ਗਲੋਮੇਰੂਲਰ ਫਿਲਟਰੇਸ਼ਨ ਦਾ। ਇਹਦੇ 'ਚ ਸੋਡੀਅਮ, ਪੋਟਾਸ਼ੀਅਮ, ਕਲੋਰਾਈਡ ਆਇਨਸ, ਗਲੂਕੋਜ਼, ਅਮਾਈਨੋ ਐਸਿਡਸ, ਯੂਰੀਆ, ਯੂਰਿਕ ਐਸਿਡ, ਕਰੈਟਨਿਨ, ਕੀਟੋਨ ਬੋਡੀਜ਼ ਅਤੇ ਬਹੁਤ ਸਾਰਾ ਵਾਟਰ ਇਹਦੇ ਅੰਦਰ ਆ ਚੁੱਕਾ। ਬਲੱਡ ਜਿਹੜਾ ਹੈਗਾ ਉਹਦੇ ਵਿੱਚ ਸਿਰਫ ਕਾਰਪਸਲਸ ਹੀ ਰਹਿ ਚੁੱਕੇ ਆ, ਪਲਾਜ਼ਮਾ ਪ੍ਰੋਟੀਨਸ ਰਹਿ ਚੁੱਕੇ, ਇਸੇ ਕਰਕੇ ਇਸ ਸਟੈਪ ਨੂੰ ਨਾ ਅਲਟਰਾ ਫਿਲਟਰੇਸ਼ਨ ਕਹਿੰਦੇ ਆ। ਗਲੋਮੇਰੂਲਰ ਫਿਲਟਰੇਟ ਦੇ ਅੰਦਰ ਬਹੁਤ ਸਾਰੇ ਜਿਹੜੇ ਮਟੀਰੀਅਲਸ ਆ ਰਹੇ ਆ ਨਾ, ਹੈ ਨਾ, ਉਹਨਾਂ ਦੀ ਕੰਸੈਂਟਰੇਸ਼ਨ ਸੇਮ ਉਨੀ ਹੀ ਹੈ ਜਿੰਨੀ ਕਿ ਬਲੱਡ ਦੇ ਪਲਾਜ਼ਮਾ ਦੀ ਕੰਸੈਂਟਰੇਸ਼ਨ ਹੁੰਦੀ ਹੈ, ਹੈ ਨਾ, ਠੀਕ ਹੈ। ਇਹਦਾ ਮਤਲਬ ਕਿ, ਠੀਕ ਹੈ, ਸੋ ਜੋ ਵੀ ਫਿਲਟਰੇਟ ਨਿਕਲਿਆ ਹੁਣ ਬਲੱਡ ਦੇ ਵਿੱਚੋਂ ਦੀ, ਇੰਨਾ ਮਟੀਰੀਅਲ ਜਿਹੜਾ ਹੈਗਾ ਨਿਕਲਿਆ ਬਹੁਤ ਸਾਰਾ, ਸਮਝਦੇ ਪਏ ਹੋ, ਠੀਕ ਹੈ। ਸੋ ਉਹ ਇੱਕ ਤਰ੍ਹਾਂ ਦਾ ਬਸ ਪ੍ਰੋਟੀਨ ਫਰੀ, ਸੈੱਲ ਫਰੀ ਜਿਹੜਾ ਪਲਾਜ਼ਮਾ ਹੈਗਾ ਨਾ ਉਹਦੇ ਨਾਲ ਮਿਲਦਾ ਜੁਲਦਾ ਨਾ ਹੋ ਗਿਆ। ਤੁਹਾਡੇ ਕੋਲ ਆ ਗਿਆ ਟਿਊਬੂਲਰ ਰੀਅਬਜ਼ੋਰਪਸ਼ਨ, ਦੂਸਰੀ ਪ੍ਰੋਸੈਸ ਤੁਹਾਡੇ ਕੋਲ ਆ ਗਈ ਟਿਊਬੂਲਰ ਰੀਅਬਜ਼ੋਰਪਸ਼ਨ। ਹੁਣ ਇਹਦੇ 'ਚ ਪਤਾ ਨਾ, ਯਾਦ ਹੈ ਕਿ ਨਹੀਂ, ਭੁੱਲ ਗਏ ਕਿ ਵੂਮੈਨ ਕੈਪਸੂਲ, ਸੋਰੀ, ਜੋ ਨੈਫਰੋਨ ਸੀਗਾ, ਠੀਕ ਹੈ, ਉਹਦੇ 4 ਪਾਰਟਸ ਸੀਗੇ। ਸਭ ਤੋਂ ਪਹਿਲਾਂ ਵੂਮੈਨਸ ਕੈਪਸੂਲ ਸੀਗਾ, ਠੀਕ, ਨੰਬਰ 2 ਦੇ ਉੱਤੇ PCT, ਨੰਬਰ 3 ਦੇ ਉੱਤੇ ਲੂਪ ਆਫ ਹੈਨਲ ਜਾਂ ਹੈਨਲਸ ਲੂਪ, ਅਤੇ ਫਿਰ DCT ਸੀਗਾ ਨਾ, ਉਹ ਹੁਣ ਸਾਰੇ ਪਾਰਟ ਇੱਥੇ ਆ ਜਾਣੇ। ਆਹ ਦੇਖੋ, ਇਹ PCT, ਇਹ ਹੈਨਲਸ ਲੂਪ, ਅਤੇ ਇਹ ਤੀਸਰਾ ਪਾਰਟ ਕਿਹੜਾ ਆ ਗਿਆ, DCT, ਡਿਸਟਿਲਡ ਕਨਵੋਲੂਟਿਡ ਪਿਊਲ, ਠੀਕ ਹੈ, ਕੁਲੈਕਟਿੰਗ ਪਿਊਲਸ, ਹੈ ਨਾ। ਹੁਣ ਆਹ ਇੱਕ ਤੁਸੀਂ ਡਾਇਗਰਾਮ ਦੇਖਣੀ ਹੈ, ਹੈ ਨਾ। ਸੋ ਇਹ ਅਲਟਰਾ ਫਿਲਟਰੇਸ਼ਨ, ਰੀਅਬਜ਼ੋਰਪਸ਼ਨ ਅਤੇ ਟਿਊਬੂਲਰ ਸਕ੍ਰੀਸ਼ਨ, ਤਿੰਨੇ ਪ੍ਰੋਸੈਸਿਸ ਦਿਖਾ ਰਹੀ ਹੈ ਤੁਹਾਨੂੰ ਯੂਰੀਨ ਫੋਰਮੇਸ਼ਨ ਦੀਆਂ। ਓਕੇ, ਸਮਝਦੇ ਪਏ ਹੋ, ਆਥੇ ਹੋ ਗਈ ਸਾਰੀ ਫਿਲਟਰੇਸ਼ਨ।
ਠੀਕ ਹੈ ਜੀ। ਆਹ ਪੀ ਸੀ ਟੀ ਪਾਰਟ ਕਿੰਨਾ ਕਲੀਅਰ ਦਿਖਾਇਆ ਤੁਹਾਨੂੰ, ਠੀਕ ਹੈ। ਸੋ ਇਹ ਪੀ ਸੀ ਟੀ ਪਾਰਟ, ਹੁਣ ਇਹਦੇ ਅੰਦਰ ਕੋਈ ਵੀ ਕਪਿਲਰੀਜ਼ ਦਾ ਨੈਟਵਰਕ ਨਹੀਂ ਨਾ ਦਿਖਾਇਆ ਜਿੱਦਾਂ ਪਿਛਲੀ ਵਾਰੀ ਡਾਇਗਰਾਮ, ਮੇਨ ਨੈਫਰੋਨ ਦੀ ਡਾਇਗਰਾਮ ਦੇ ਵਿੱਚ ਦਿਖਾਇਆ ਗਿਆ ਸੀ, ਹੈ ਨਾ। ਸੋ ਇਹ ਵੀ ਉਹੀ ਹੈ ਬਸ, ਠੀਕ ਹੈ। ਹੁਣ ਪਾਰਟਸ ਸਾਰੇ ਕਲੀਅਰ ਹੈ, ਇਹ ਲੂਪ ਆਫ ਹੈਨਲ ਜਾਂ ਹੈਨਲਸ ਲੂਪ ਕਹਿੰਦੇ ਆ ਇਹਨੂੰ, ਇਹ ਡੀ ਸੀ ਟੀ ਪੋਰਸ਼ਨ ਹੈਗਾ। ਸੋ ਜਿਹਦੇ ਅੰਦਰੋਂ ਦੇਖ ਕੇ ਉਹ ਅੱਗੇ ਜਾ ਕੇ ਕਿਹਾ ਸੀ ਨਾ ਕਿ ਸਟ੍ਰੇਟ ਉੱਡ ਜਾਂਦਾ, ਕਲੈਕਟਿੰਗ ਟਬਿਊਲ ਨਿਕਲਦਾ ਅਤੇ ਕਲੈਕਟਿੰਗ ਡਕਟਸ ਨਿਕਲਦੀਆਂ, ਸਮਝਦੇ ਪਏ। ਸੋ ਫਾਈਨਲ ਯੂਰੀਨ ਫੋਰਮੇਸ਼ਨ ਇੱਥੇ ਹੋ ਗਈ ਹੈ। ਸੋ ਅੱਗੇ ਤੁਹਾਡੇ ਕੋਲ ਸੈਕਿੰਡ ਪ੍ਰੋਸੈਸ ਹੁਣ ਤੁਹਾਡੇ ਕੋਲ ਆ ਗਈ ਹੈ, ਟਿਊਬੂਲਰ ਰੀਅਬਜ਼ੋਰਪਸ਼ਨ ਬੋਮੈਨ ਕੈਪਸੂਲ ਤੋਂ। ਇਹ ਜਿਹੜਾ ਹੁਣ ਗਲੋਮੇਰੂਲਰ ਫਿਲਟਰੇਟ ਨਿਕਲਿਆ ਉਹ ਟਿਊਬਿਊਲਸ ਦੇ ਵਿੱਚੋਂ ਦੀ ਪਾਸ ਕਰ ਜਾਏਗਾ ਅਤੇ ਕਿੱਥੇ ਚਲਾ ਜਾਏਗਾ, ਕੁਲੈਕਟਿੰਗ ਡਕਟ ਦੇ ਵਿੱਚ ਜਾ ਕੇ ਇਕੱਠਾ ਹੋ ਜਾਏਗਾ। ਇਸ ਦੌਰਾਨ, ਠੀਕ ਹੈ, ਓਸਮੋਟਿਕ ਪ੍ਰੈਸ਼ਰ, ਪੀ ਐੱਚ ਵੈਲਿਊ ਜਿਹੜੀ ਹੈਗੀ ਹੈ ਉਹ ਚੇਂਜ ਹੁੰਦੀ ਰਹੇਗੀ। ਹੁਣ ਆ ਜਾਓ, ਸਭ ਤੋਂ ਪਹਿਲਾਂ ਪੀ ਸੀ ਟੀ 'ਚ ਕੀ ਹੋਇਆ, ਹੈ ਨਾ। ਜਿਹੜੇ ਸੈਲਸ ਸੀਗੇ ਨਾ, ਜਿਹੜੇ ਕਿ ਲਾਈਨਿੰਗ ਬਣਾ ਰਹੇ ਸੀ, ਪੀ ਸੀ ਟੀ ਦੀ ਵਾਲਸ ਦੀ ਲਾਈਨਿੰਗ ਬਣਾ ਰਹੇ ਸੀ, ਉਹਨਾਂ ਨੇ ਇਹਨਾਂ ਫਿਲਟਰੇਟ ਦੇ ਵਿੱਚੋਂ ਦੀ ਬਹੁਤ ਸਾਰੇ ਮਟੀਰੀਅਲਸ ਨੂੰ ਰੀਅਬਜ਼ੋਰਬ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਬਹੁਤ ਸਾਰੇ ਮਾਈਟੋਕੋਂਡਰੀਆ ਹੈਗੇ ਨੇ, ਹੈ ਨਾ, ਜਿਨ੍ਹਾਂ ਦੇ ਪਤਾ ਹੀ ਹੈ ਤੁਹਾਨੂੰ ਸਾਰ, ਮੈਂ ਪਿੱਛੇ 20 ਸੈਲਸ ਦਾ ਸਟਰਕਚਰ ਦਿਖਾਇਆ ਹੋਇਆ, ਜਿਨ੍ਹਾਂ ਦੇ ਕੋਲ ਕਿ ਫ੍ਰੀ ਸਰਫੇਸ ਦੇ ਉੱਤੇ ਮਾਈਕਰੋਵੇਲਾ ਹੀ ਪ੍ਰੈਜੈਂਟ ਹੈ। ਮਾਈਟੋਕੋਂਡਰੀਆ ਜਿਹੜੇ ਹੈਗੇ ਤੁਹਾਨੂੰ ਪਤਾ ਹੀ ਹੈ, ਉਹ ਐਨਰਜੀ ਪ੍ਰੋਵਾਈਡ ਕਰਦੇ ਆ, ਐਕਟਿਵ ਟਰਾਂਸਪੋਰਟ ਕਰਵਾਉਣਗੇ ਨਿਊਟ੍ਰੀਐਂਟ ਮੋਲੀਕਿਊਲਸ ਦਾ, ਹੈ ਨਾ, ਫਿਰ ਤੋਂ ਦੁਬਾਰਾ ਪਲੱਟ ਦੇ ਅੰਦਰ। ਕਿਉਂਕਿ ਇਸ ਸਟੈਪ ਨੂੰ ਯਾਦ ਰੱਖੋ, ਹੁਣ ਅਸੀਂ ਫਿਰ ਫਿਲਟਰੇਟ ਦੇ ਵਿੱਚੋਂ ਦੀ ਜੋ ਯੂਸਫੁਲ ਸਬਸਟਾਂਸਿਸ ਹੈਗੇ ਆ ਸਾਡੀ ਇਹ ਨੈਫਰੋਨ ਦਾ ਇਹ ਹਿੱਸਾ ਐਬਜ਼ੋਰਬ ਕਰਵਾਉਣ ਜਾ ਰਿਹਾ, ਫਿਰ ਤੋਂ ਦੁਬਾਰਾ ਅਸੀਂ ਬਲੱਡ ਦੇ ਵਿੱਚ ਭੇਜਾਂਗੇ ਮਟੀਰੀਅਲ, ਜਿਹੜਾ ਜਿਹੜਾ ਅੱਛਾ ਅੱਛਾ ਮਟੀਰੀਅਲ ਅਸੀਂ ਭੇਜ ਸਕਦੇ ਹਾਂ, ਅਸੀਂ ਫਿਰ ਤੋਂ ਦੁਬਾਰਾ ਬਲੱਡ ਦੇ ਵਿੱਚ ਭੇਜਣ ਲੱਗੇ ਹਾਂ। ਇਸ ਕਰਕੇ ਇਸ ਸੈਕਿੰਡ ਸਟੈਪ ਦਾ ਨਾਮ ਕੀ ਹੈਗਾ, ਟਿਊਬੂਲਰ ਰੀਅਬਜ਼ੋਰਪਸ਼ਨ। ਤੀਸਰੀ ਪ੍ਰੋਸੈਸ ਆਉਣੀ ਹੈ ਸਕ੍ਰੀਸ਼ਨ ਦੀ, ਵੀ ਅਸੀਂ ਕੀ ਕੀ ਯੂਰਿਨ ਦੇ ਵਿੱਚ ਜਾਣ ਦੇਣਾ ਆਪਣੀ ਬੋਡੀ 'ਚੋਂ, ਠੀਕ ਹੈ ਜੀ। ਸੋ ਹੁਣ ਕੀ ਹੈ ਕਿ ਜਿਹੜਾ ਪੀ ਸੀ ਟੀ ਸੀਗਾ ਉਹਦੀ ਵਾਲ ਦੇ ਅੰਦਰ ਜਿਹੜੇ ਸੈਲਸ ਪ੍ਰੈਜੈਂਟ ਸੀ, ਉਹਨਾਂ ਦੇ ਕੋਲ ਬਹੁਤ ਸਾਰੇ ਮਾਈਟੋਕੋਂਡਰੀਆ ਸੀ, ਉਹਨਾਂ ਦੇ ਕੋਲ ਮਾਈਕਰੋਵਿਲਾਈ ਸੀਗੇ, ਠੀਕ ਹੈ, ਜਿਨ੍ਹਾਂ ਨੇ ਕਿ ਬਲੱਡ ਦੇ ਅੰਦਰ ਐਕਟਿਵ ਟਰਾਂਸਪੋਰਟ ਕਰ ਦਿੱਤਾ ਬਹੁਤ ਸਾਰੇ ਨਿਊਟ੍ਰੀਐਂਟਸ ਦਾ, ਵਿਲਾਈ ਨੇ ਸਰਫੇਸ ਏਰੀਆ ਵਧਾ ਦਿੱਤਾ ਕਿ ਵੱਧ ਤੋਂ ਵੱਧ ਰੀਅਬਜ਼ੋਰਪਸ਼ਨ ਕੀਤੀ ਜਾ ਸਕੇ। ਸੋ ਪੀ ਸੀ ਟੀ ਦੇ ਸੈਲਸ ਨੇ ਕੀ ਕੀ ਐਬਜ਼ੋਰਬ ਕਰ ਲਿਆ ਹੈਗਾ ਫਿਲਟਰੇਟ ਦੇ ਵਿੱਚੋਂ ਦੀ, ਗਲੂਕੋਜ਼, ਅਮਾਈਨੋ ਐਸਿਡਸ, ਬਹੁਤ ਸਾਰੇ ਇਨਔਰਗੈਨਿਕ, ਸੋਡੀਅਮ, ਪੋਟਾਸ਼ੀਅਮ, ਕਲੋਰਾਈਡ ਆਇਨਸ ਐਬਜ਼ੋਰਬ ਕਰ ਲਿਆ, ਇੱਥੋਂ ਤੱਕ ਕਿ ਫਿਲਟਰੇਟ ਦੇ ਵਿੱਚੋਂ ਦੀ ਥੋੜ੍ਹਾ ਜਿਹਾ ਯੂਰੀਆ, ਵਾਟਰ ਵੀ ਰੀਅਬਜ਼ੋਰਬ ਕਰ ਲਿਆ, ਠੀਕ ਹੈ। ਰੀਅਬਜ਼ੋਰਪਸ਼ਨ ਜਿਹੜੀ ਹੈਗੀ ਕਿਸ ਕਿਸ ਤਰੀਕੇ ਦੇ ਨਾਲ ਹੋਈ, ਜਿਹੜੇ ਤਾਂ ਗਲੂਕੋਜ਼, ਅਮਾਈਨੋ ਐਸਿਡਸ, ਸੋਡੀਅਮ ਆਇਨ, ਪੋਟਾਸ਼ੀਅਮ ਆਇਨ ਫਿਲਟਰੇਟ ਦੇ ਵਿੱਚੋਂ ਦੇ ਐਕਟਿਵ ਟਰਾਂਸਪੋਰਟ ਦੀ ਮਦਦ ਦੇ ਨਾਲ ਰੀਅਬਜ਼ੋਰਬ ਕਰ ਲਏ ਆ। ਹੁਣ ਗਲੂਕੋਜ਼ ਜਿਹੜਾ ਹੈਗਾ ਇੰਨੇ ਵਧੀਆ ਤਰੀਕੇ ਨਾਲ ਰੀਅਬਜ਼ੋਰਬ ਕਰ ਲਿਆ ਜਾਂਦਾ ਕਿ ਜੇਕਰ ਫਿਰ ਬਾਅਦ ਵਿੱਚ ਥੋੜ੍ਹਾ ਬਹੁਤਾ ਗਲੂਕੋਜ਼ ਜੇਕਰ ਯੂਰੀਨ ਦੇ ਵਿੱਚ ਆ ਜਾਂਦਾ ਤਾਂ ਉਹਦਾ ਮਤਲਬ ਫਿਰ ਉਹ ਪਰਸਨ ਨੂੰ ਤਾਂ ਫਿਰ ਕੋਈ ਡਿਫੈਕਟ ਹੈ, ਹੈ ਨਾ। ਨਹੀਂ ਤਾਂ ਪੂਰੇ ਤਰੀਕੇ ਨਾਲ ਗਲੂਕੋਜ਼ ਜਿਹੜਾ ਹੈਗਾ ਫਿਲਟਰੇਟ ਦੇ ਵਿੱਚੋਂ ਦੀ ਰੀਅਬਜ਼ੋਰਬ ਕਰ ਲਿਆ ਜਾਂਦਾ, ਉਹ ਤੁਹਾਨੂੰ ਪਤਾ ਹੀ ਹੈ ਵੀ ਜੇਕਰ ਯੂਰੀਨ ਦੇ ਵਿੱਚ ਸ਼ੂਗਰ ਆਉਣੀ ਸ਼ੁਰੂ ਹੋ ਜਾਵੇ, ਗਲੂਕੋਜ਼ ਆਉਣਾ ਸ਼ੁਰੂ ਹੋ ਜਾਵੇ, ਤਾਂ ਉਹਨੂੰ ਡਾਇਬਟੀਜ਼ ਕਹਿੰਦੇ ਆ, ਸ਼ੂਗਰ ਕਹਿੰਦੇ ਆ, ਬੜੀ ਕੋਮਨ ਬਿਮਾਰੀ ਹੈਗੀ ਆ। ਸੋ ਡਾਇਬਟੀਜ਼, ਮਲਾਈਟਸ, ਕਲੋਰਾਈਡ ਆਇਨਸ ਰੀਅਬਜ਼ੋਰਬ ਕਰ ਲਏ ਜਾਂਦੇ ਆ, ਹੈ ਨਾ, ਠੀਕ ਹੈ। ਸੋ ਪੈਸਿਵ ਟਰਾਂਸਪੋਰਟ ਦੇ ਦੁਆਰਾ, ਠੀਕ ਹੈ, ਐਕਟਿਵ ਅਪਟੇਕ ਹੋ ਜਾਂਦਾ ਬਹੁਤ ਸਾਰੇ ਆਇਨਸ ਦਾ ਜਦੋਂ ਫਿਲਟਰੇਟ ਦੇ ਵਿੱਚ ਆਉਂਦੀ, ਤਾਂ ਉਹਦੇ ਨਾਲ ਕੀ ਹੋ ਗਿਆ, ਫਿਲਟਰੇਟ ਦੀ ਕੰਸੈਂਟਰੇਸ਼ਨ ਜਿਹੜੀ ਹੈਗੀ ਹੈ ਘੱਟ ਗਈ ਹੈ। ਨਹੀਂ, ਇਸੇ ਤਰੀਕੇ ਦੇ ਨਾਲ ਬਹੁਤ ਸਾਰਾ ਵਾਟਰ ਜਿਹੜਾ ਹੈਗਾ, ਠੀਕ ਹੈ, ਉਹ ਓਸਮੋਸਿਸ ਦੀ ਮਦਦ ਦੇ ਨਾਲ ਪੈਰੀਟਿਊਬੂਲਰ ਕਪਿਲਰੀਜ਼ ਦੇ ਵਿੱਚ ਵੀ ਚਲਾ ਜਾਂਦਾ ਹੈਗਾ। ਬਹੁਤ ਸਾਰੇ ਇੰਪੋਰਟੈਂਟ ਬਫਰ ਜਿਵੇਂ ਕਿ ਬਾਈਕਾਰਬੋਨੇਟਸ, ਐੱਚ ਸੀ ਓ 3 ਨੈਗੇਟਿਵ ਆਇਨਸ ਜਿਹੜੇ ਹੈਗੇ ਉਹ ਵੀ ਫਿਲਟਰੇਟ ਦੇ ਵਿੱਚੋਂ ਦੀ ਰੀਅਬਜ਼ੋਰਬ ਕਰ ਲਏ ਜਾਂਦੇ ਆ, ਯੂਰੀਆ ਰੀਅਬਜ਼ੋਰਬ ਕਰ ਲਿਆ ਜਾਂਦਾ। ਨਹੀਂ, ਠੀਕ ਹੈ, ਇਹ ਸੀਗਾ ਪੀ ਸੀ ਟੀ ਪਾਰਟ। ਹੁਣ ਹੈਨਲਸ ਲੂਪ ਦੇ ਵਿੱਚੋਂ ਦੀ ਜਦੋਂ ਗੁਜ਼ਰ ਰਿਹਾ ਫਿਲਟਰੇਟ ਉਹਦੇ ਥੱਲੋਂ ਦੀ ਜਾ ਰਿਹਾ, ਉਹ ਕੀ ਐਬਜ਼ੋਰਬ ਕਰ ਲੈਂਦਾ? ਇਹਦਾ ਤਾਂ ਜਿਹੜਾ ਪਹਿਲਾਂ ਜਿਹੜੀ ਇਹਦੀ ਆਹ ਪਤਾ ਨਾ ਲੂਪ ਆਫ ਹੈਨਲ, ਇਹਦੀ ਥੱਲੇ ਨੂੰ ਜਾ ਰਹੀ ਲਿੰਬ ਹੈ, ਇਸ ਕਰਕੇ ਬੱਚੇ ਇਹਨੂੰ ਡਿਸੈਂਡਿੰਗ ਲਿੰਬ ਕਹਿੰਦੇ ਆ। ਇਹਦੀ ਉੱਪਰ ਨੂੰ ਜਾ ਰਹੀ ਲਿੰਬ ਹੈ, ਇਸ ਕਰਕੇ ਇਹਨੂੰ ਅਸੈਂਡਿੰਗ ਲਿੰਬ ਕਹਿੰਦੇ ਆ। ਸੋ ਪਹਿਲਾਂ ਵਾਈਡ ਪਾਰਟ ਜਿਹੜਾ ਹੈਗਾ ਡਿਸੈਂਡਿੰਗ ਲਿੰਬ ਦਾ, ਉਹਦਾ ਆਇਨਸ ਦੇ ਲਈ, ਯੂਰੀਆ ਦੇ ਵਾਟਰ ਦੇ ਲਈ ਇਮਪਰਮੀਏਬਲ ਹੈਗਾ। ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ ਹੈਗਾ, ਨੈਫਰੋਨ ਦਾ ਕਿਹੜਾ ਹਿੱਸਾ ਕਿਹਦੇ ਲਈ ਪਰਮੀਏਬਲ ਹੈ, ਕਿਹਦੇ ਲਈ ਇਮਪਰਮੀਏਬਲ ਹੈ। ਪਰਮੀਏਬਲ ਅਤੇ ਇਮਪਰਮੀਏਬਲ ਦਾ ਮਤਲਬ ਸਮਝਦੇ ਕਿ ਨਹੀਂ? ਪਰਮੀਏਬਲ ਦਾ ਮਤਲਬ ਕਿ ਜੇਕਰ ਕੋਈ ਵੀ ਨੈਫਰੋਨ ਦਾ ਜਿਹੜਾ ਹਿੱਸਾ ਕਿਸੇ ਚੀਜ਼ ਲਈ ਪਰਮੀਏਬਲ ਹੈ, ਇਹਦਾ ਮਤਲਬ ਉਹਦੇ ਵਿੱਚੋਂ ਦੀ ਉਹ ਪਾਣੀ, ਕੌਣ ਚੀਜ਼, ਆਇਨਸ ਜਾਂ ਵਾਟਰ ਜਾਂ ਯੂਰੀਆ, ਇਹੀ ਮੂਵ ਕਰਦੇ ਪਏ। ਸੋ ਉਹ ਕਹਿੰਦਾ, ਠੀਕ ਹੈ, ਕਿ ਜਿਹੜੀ ਇਹਦੀ ਡਿਸੈਂਡਿੰਗ ਲਿੰਬ ਹੈਗੀ ਹੈ ਨਾ ਲੂਪ ਆਫ ਹੈਨਲ ਦੀ, ਠੀਕ ਹੈ, ਸੋ ਉਹ ਆਇਨਸ ਯੂਰੀਆ ਅਤੇ ਵਾਟਰ ਦੇ ਲਈ ਕੀ ਹੈਗੀ ਹੈ, ਇਮਪਰਮੀਏਬਲ ਹੈਗੀ। ਮਤਲਬ ਕਿ ਆਹ ਜਿਹੜੀ ਲਿੰਬ ਜਾ ਰਹੀ ਹੈ ਇਹਦੇ ਵਿੱਚੋਂ ਦੀ ਆਇਨਸ, ਵਾਟਰ, ਠੀਕ ਹੈ, ਜਾਂ ਫਿਰ ਜਿਹੜਾ ਯੂਰੀਆ ਨਾ, ਇੱਥੇ ਫਿਲਟਰੇਟ ਦੇ ਵਿੱਚੋਂ ਦੀ ਐਬਜ਼ੋਰਬ ਨਹੀਂ ਕੀਤਾ ਜਾ ਸਕਦਾ, ਹੈ ਨਾ, ਠੀਕ ਹੈ। ਸੋ ਇਹਦੇ ਵਿੱਚੋਂ ਦੀ ਤਾਂ ਸਿਰਫ ਇਸ ਹਿੱਸੇ ਦੇ ਵਿੱਚੋਂ ਦੀ ਤਾਂ ਆਈਸੋਟੋਨਿਕ ਫਿਲਟਰੇਟ ਜਿਹੜਾ ਹੈਗਾ ਉਹ ਗੁਜ਼ਰ ਕੇ ਨੀਚੇ ਨੂੰ ਜਾ ਰਿਹਾ, ਤਾਂ ਨੈਰੋ ਰੀਜਨ ਦੇ ਵਿੱਚ ਜਾ ਰਹੇ, ਇੱਥੇ ਕਿਸੇ ਵੀ ਕਿਸਮ ਦੀ ਰੀਅਬਜ਼ੋਰਪਸ਼ਨ ਨਹੀਂ ਹੋ ਪਾਈ। ਸੈਕਿੰਡ ਜਿਹੜਾ ਇਹਦਾ ਪਾਰਟ ਹੈਗਾ, ਠੀਕ ਹੈ, ਡਿਸੈਂਡਿੰਗ ਲਿੰਬ ਦਾ ਆਹ ਜਿਹੜਾ ਸਾਰਾ ਨੈਰੋ ਹਿੱਸਾ ਹੈਗਾ, ਇਹ ਵਾਟਰ ਦੇ ਲਈ ਪਰਮੀਏਬਲ ਹੈਗਾ। ਤੁਹਾਨੂੰ ਪਤਾ ਹੀ, ਇੱਥੇ ਜਦੋਂ ਮੈਂ ਕੌਂਟਰਕਨੈਕਟ ਮੈਕਾਨਿਜ਼ਮ ਸਮਝਾਉਣਾ ਨਾ,
है ना। सो किडनी के अंदर नैफरोन के ये जिहड़े हिस्से हैगे आ, है ना, पता है ना असीं की पढ़ते पे हाँ, असीं नैफरोन पढ़ते पे हाँ। किडनी के अंदर 1 मिलियन नैफरोन प्रेजेंट सी, है ना। सो इतने इंटस्टीशियल फ्लूड्स भी प्रेजेंट है, है ना, ठीक है। सो यह हिस्सा वाटर के परमीएबल हैगा। हूँ ये आले दुआले जो इंटस्टीशियल फलूड पिया हुआ, ठीक है ना, सो वो अंदर तो सोडियम क्लोराइड यूरिया वगैरह तो बहुत ज़्यादा है, इस करके इतने है ना वो ये इंटस्टीशियल फलूड के अंदर इन्ने सॉल्ट प्रेजेंट है, वह इस हिस्से के पानी बाहर कढ लेंगे, क्योंकि मैं तुहानू दस्सिया कि लूप ऑफ हैनल जां हैनल्स लूप का यह हिस्सा पानी के लिए परमीएबल है। सो इतों की वाटर जरा फिर तो दोबारा फिल्टरेट दे विचों दी कट लिया जाता है। तीसरा पॉइंट तुहाडे कोल आ गया इतों की, हूँ जिहड़ा ठीक है वाटर जिहड़ी एग्जिट हुई है, ठीक है वाटर की, ये नाल की हो गया हूँ ये इस हिस्से विचों दी जिहड़ा फिल्टरेट जा रहा सी वो हूँ हाइपरटोनिक हो गया, थोड़ा जिहा संघना हो गया, है ना, ठीक है। हूँ कित्थे पहुँच चुका फिल्टरेट, ठीक है, यदि असेंडिंग लिंब दे विच पहुँच चुका हैगा। असेंडिंग लिंब दे जिहड़ी हैगी ये वाटर दे लई इनपरमीएबल हैगी है, समझदे पिओ, ठीक है जी। सो ये किहदे लई परमीएबल है, इहदे विचों दी की रीअबजॉर्ब किए जा सकते हैं, सोडियम आयनस, पोटाशियम आयनस, कैल्शियम आयनस रीअबजॉर्ब किए जा सकते, इतों की हूँ वाटर रीअबजॉर्ब नहीं किया जा सकता। ओके, इस तरीके दे नाल जेकर असी सैकेंड वाइड रीजन देखिए, ऊपर वाला चौड़ा हिस्सा जेकर असी एदा देखिए, ठीक है, हैनल्स लूप दा, ठीक है। सो इनऑर्गेनिक आयनस जिहड़े हैगे आ इहदे विचों दी रीअबजॉर्ब किए जा सकते एक्टिव ट्रांसपोर्ट के द्वारा, है ना। ये तुहानूं पता ही है सारा कुछ, ये मैडूला डोटल डोटल लाइन का की मतलब, एक किडनी का कोटैक्स हिस्सा है, एक किडनी मैडूला हिस्सा है, ये मैडूला दे विच सारा कुछ हो रहा, ठीक है जी। सो हुण फिल्टरेट जिहड़ा हैगा फिर तो दोबारा हाइपोटोनिक हो चुका है, है ना, क्योंकि इत्थे वाटर की एबजॉर्प्शन जिहड़ी हैगी नहीं हो पाई है ना, इत्थे डिल्यूट ही है हुण जिहड़ा फिल्टरेट हैगा, ठीक है। सो इहदे विचों दे इनऑर्गेनिक आयनस जिहड़े हैगे सिर्फ लॉस हो चुके हैं, हुण ये कित्थे एंटर कर चुका हैगा, ठीक है, पीसीटी डीसीटी सॉरी पीसीटी हो गया, ठीक है। सो हैनल्स रूप हो गया, तो तीसरा हिस्सा हुण किहड़ा आ गया, डिस्टल कॉन्वोलेटेड ट्यूब्यूल आ गया, फिर इत्थे आ कोलैक्टिंग ट्यूब्यूल है, तो ये कौन है, कोलैक्टिंग डक्ट्स, समझते पे हो, यह सारा डीसीटी जी आ जाना, है ना। हूँ इतने पहुँच चुका है फिल्टरेट, हूँ देखते हैं हूँ इनू की होया, ठीक है, जदों की है प्लाज्मा का जरा लैवल ऑफ प्लाज्मा वाटर हूँ इतने फाल कर चुका है, ना हूँ की होया, ठीक है। सो काफ़ी सारा वाटर जोड़ा है इतों एबजॉर्ब कर लिया गया ये फिल्टरेट के हूँ, ठीक है, वाटर लैवल फाल कर चुका, तो की है कि जो ब्रेन के पिट्यूटरी ग्लैंड प्रेजेंट हैगा ना, वो जी पोस्टीरियर लोब हैगी है वह हूँ की सक्रीट करती है, एंटी डायूरेटिक हॉर्मोनस सक्रीट कर लगी है, ADH, है ना, ठीक है, जिन्हें की है DCT की परमेबिलिटी वधा दिती है, कोलैक्टिंग ट्यूब्यूल की भी, कोलैक्टिंग डक्ट्स की भी परमेबिलिटी वधा दिती है, कादे लई वाटर दे लई। हुण की है फिर तो दोबारा ओसमोसिस प्रोसैस के द्वारा ये हूँ भी फिल्टरेट के विचों दी जिहड़ा पानी हैगा ना आदे को बाहर निकल गया ना रीएबजॉर्ब कर लिया जाना। देखो मतलब कि एंड तक पूरी कोशिश की जाती है कि बॉडी का पानी कित वेस्ट ना हो जाए, वो यूरिन के विचों दी ना चला जाए, उन्हें रीएबजॉर्ब कर लिया जाए। सो ये किन्ने हैल्प की है, एंटी डायूरेटिक हॉर्मोन, ठीक है, जिहड़ा कि पिट्यूटरी ग्लैंड दी पोस्टीरियर लोब ने सक्रीट किया, है ना, ठीक है। सो DCT कोलैक्टिंग डक्ट ते कोलैक्टिंग ट्यूब्यूल्स दे विचों दी ज़्यादा तो ज़्यादा पानी जिहड़ा हैगा वो फिल्टरेट दे विचों दी रीअबजॉर्ब कर लिया जाता, है ना, ठीक है। हुण की हो गया, हुण जिहड़ा कि पानी का लैवल पहला घट गया सी, है ना, ठीक है ना, सो हूँ फिर तो दोबारा नॉर्मल हो चुका, हूँ ADH की सक्रीशन रुक जानी है, हूँ ठीक है वाटर के लिए इन्हों की परमेबिलिटी बदल जानी है, हूँ नहीं तुम वाटर ने ये रीअबजॉर्ब कर सकते हो, है ना, ठीक है। सो जिन्ना करना सीगा, ठीक है, वह कर लिया तुम, है ना, ठीक है। सो डिल्यूट यूरिन प्रोड्यूस हो चुका हूँ, सो डिस्टल्ड कॉन्वोलेटेड ट्यूब्यूल जिहड़ा हैगा, कोलैक्टिंग ट्यूब्यूल जिहड़ा हैगा, तो कोलैक्टिंग डक्ट जिहड़े हैगे आ हूँ की करते पे हजे तक भी देखो, है ना, सोडियम आयनस नूं रीअबजॉर्ब करते पे फिल्टरेट दे विचों दी, ठीक है, किहड़े हॉर्मोन की मदद के नाल, एल्डोस्टीरोन की मदद के नाल, ठीक है जी। सो रीअबजॉर्प्शन जिहड़ी हैगी है सोडियम आयनस की, है ना, ठीक है। सो उसे करके की हो रहा, ठीक है, इक्विवेलेंट अमाउंट ऑफ वाटर भी रीअबजॉर्ब हो रहा, ठीक है, एल्डोस्टीरोन जो नहीं है तो फिर DCT कोलैक्टिंग ट्यूब्यूल तो कोलैक्टिंग डक्ट्स जिहड़े हैगे वो आयनस के लिए भी इनपरमीएबल हो गए हैं, हुण आयनस ने भी बाहर नहीं निकलना फिल्टरेट के विचों दी, ठीक है। हुण की होया कि कुछ यूरिया जिहड़ा हैगा ना कोलैक्टिंग डक्ट के लास्ट पार्ट के विचों दी वो जिहड़े आले दुआले दे विच फलूड तुरा फिरदा ना इंटस्टीशियल फलूड उहदे अंदर चला जाएगा, ठीक है, तां जो कल नूं लूप ऑफ हैनल्स लूप के बेस तो कोलैक्टिंग डक्ट तो होर भी वाटर एबजॉर्ब किया जा सके। ये तुहानूं मैं सारा समझाऊंगी जदों काउंटर करंट मैकानिज़म आना, मतलब कि पूरी कोशिश की जाती है कि भी जिन्ना वाटर असीं फिल्टरेट के विचों दी आयनस वगैरह रीअबजॉर्ब कर सकते हैं ना उन्ने असीं कर लईए, है ना।
ਬਾਈਕਾਰਬੋਨੇਟ ਆਇਨਸ ਵੀ ਤੁਹਾਨੂੰ ਸਮਝਾਏ ਸੀ ਨਾ ਪ੍ਰੈਜੈਂਟ ਹੁੰਦੇ ਆ, ਉਹ ਵੀ ਟੀ ਸੀ ਟੀ ਪੋਰਸ਼ਨ ਦੇ ਵਿੱਚ ਪਏ ਹੋਏ ਫਿਲਟਰੇਟ ਦੇ ਵਿੱਚ ਉਹਦੀ ਰੀਐਬਜ਼ੋਰਬ ਕਰ ਲਏ ਜਾਂਦੇ ਆ। ਸੋ ਇਹ ਸਾਰਾ ਕੁਛ ਕੀ ਸੀ, ਰੀਐਬਜ਼ੋਰਬਸ਼ਨ ਕਰ ਲਈ ਗਈ ਆ ਮਟੀਰੀਅਲਸ ਦੀ। ਤੀਸਰਾ ਤੁਹਾਡੇ ਕੋਲ ਪ੍ਰੋਸੈਸ ਆ ਗਈ ਹੈ ਟਿਊਬੂਲਰ ਸਕਰੀਸ਼ਨ। ਹੁਣ ਫਿਲਟਰੇਟ ਦੇ ਵਿੱਚ ਕੀ ਐਡ ਕਰ ਦਿੱਤਾ ਜਾਂਦਾ, ਸਕਰੀਟ ਕਰ ਦਿੱਤਾ ਜਾਂਦਾ ਤਾਂ ਜੋ ਹੁਣ ਯੂਰੀਨ ਬਾਹਰ ਨਿਕਲ ਜਾਏ, ਠੀਕ ਹੈ। ਸੋ ਕਰੈਟਨਿਨ, ਹਿਪਿਊਰਿਕ ਐਸਿਡ, ਹੋਰ ਬਹੁਤ ਸਾਰੇ ਪਿਗਮੈਂਟਸ, ਡਰੱਗਸ ਵਗੈਰਾ ਜਿੱਦਾਂ ਕਿ ਪੈਨਸਲੀਨ, ਜੇਕਰ ਤੁਸੀਂ ਮੈਡੀਸਨ ਖਾਧੀ ਹੈਗੀ, ਡਰੱਗਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਦੂਸਰੇ ਡਰੱਗਸ, ਮੈਡੀਸਨਸ ਬੱਚੇ ਜਿਹੜੀਆਂ ਤੁਸੀਂ ਖਾਧੀਆਂ ਜਿੱਦਾਂ ਕਿ ਪੈਨਸਲੀਨ ਵਗੈਰਾ, ਇਹ ਹੁਣ ਜਦੋਂ ਪੀ ਸੀ ਟੀ ਦੇ ਵਿੱਚ ਫਿਲਟਰੇਟ ਹੈਗਾ ਨਾ ਪਿਆ ਇੰਟਰਸਟੀਸ਼ਲ ਫਲੂਟ ਤੋਂ, ਹੈ ਨਾ, ਸੋ ਇਹ ਸਾਰੇ ਸਬਸਟਾਂਸਿਸ ਜਿਹੜੇ ਹੈਗੇ ਆ ਉਹ ਫਿਲਟਰੇਟ ਦੇ ਵਿੱਚ ਐਡ ਹੋ ਜਾਂਦੇ ਆ। ਹਾਈਡਰੋਜਨ ਆਇਨ, ਅਮੋਨੀਆ ਆਇਨ ਵੀ ਜਿਹੜੇ ਹੈਗੇ ਆ, ਠੀਕ ਹੈ, ਉਹ ਪੀ ਸੀ ਟੀ ਦੇ ਵਿੱਚ ਜਿਹੜਾ ਫਿਲਟਰੇਟ ਹੈ ਉਹਦੇ ਅੰਦਰ ਐਡ ਕਰ ਦਿੱਤੇ ਜਾਂਦੇ ਆ। ਪੋਟਾਸ਼ੀਅਮ, ਹਾਈਡਰੋਜਨ, ਅਮੋਨੀਆ ਆਇਨ, ਬਾਈਕਾਰਬੋਨੇਟਸ ਆਇਨ, ਇਹ ਸਾਰੇ ਦੇ ਸਾਰੇ ਡੀ ਸੀ ਟੀ ਪੋਰਸ਼ਨ ਦੇ ਵਿੱਚ ਜਦੋਂ ਫਿਲਟਰੇਟ ਹੈਗਾ ਉਦੋਂ ਉਹਦੇ ਅੰਦਰ ਐਡ ਕਰ ਦਿੱਤੇ ਜਾਂਦੇ ਆ। ਫਿਲਟਰੇਟ ਦੇ ਅੰਦਰ ਯੂਰੀਆ ਐਡ ਹੋ ਜਾਂਦਾ ਡਿਫਿਊਜ਼ਨ ਪ੍ਰੋਸੈਸ ਦੇ ਦੁਆਰਾ, ਹੈ ਨਾ, ਠੀਕ ਹੈ, ਲੂਪੋਫੈਨਲ ਦੀ ਅਸੈਂਡਿੰਗ ਲਿੰਬ ਤੋਂ, ਠੀਕ। ਸੋ ਇਸ ਤਰੀਕੇ ਦੇ ਨਾਲ ਬਲੱਡ ਦੇ ਵਿੱਚੋਂ ਦੀ ਹਾਈਡਰੋਜਨ ਆਇਨ, ਅਮੋਨੀਆ ਆਇਨ ਜਿਹੜੇ ਹੈਗੇ ਨਿਕਾਲ ਦਿੱਤੇ ਗਏ ਆ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਬਲੱਡ ਦੀ ਪੀ ਐੱਚ ਜਿਹੜੀ ਹੈਗੀ ਆ ਉਹ ਮੇਨਟੇਨ ਹੋ ਜਾਂਦੀ ਹੈ 6-8 ਜਿੰਨੀ ਕਿ ਹੋਣੀ ਚਾਹੀਦੀ ਹੈ। ਜੇਕਰ ਬਲੱਡ ਦੀ ਪੀ ਐੱਚ ਦੇ ਵਿੱਚ ਕੋਈ ਚੇਂਜ ਆਵੇ ਨਾ ਤਾਂ ਉਹ ਖਤਰਨਾਕ ਸਾਬਿਤ ਹੋ ਸਕਦੀ ਹੈ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ 3 ਬਹੁਤ ਇੰਪੋਰਟੈਂਟ ਪ੍ਰੋਸੈਸਿਸ ਹੋਈਆਂ ਯੂਰੀਨ ਫੋਰਮੇਸ਼ਨ ਦੇ ਦੌਰਾਨ। ਮੈਂ ਫਿਰ ਤੋਂ ਦੁਬਾਰਾ ਬੋਲਣ ਲੱਗੀ ਹਾਂ, ਗਲੋਮੇਰੂਲਰ ਫਿਲਟਰੇਸ਼ਨ, ਟਿਊਬੂਲਰ ਰੀਐਬਜ਼ੋਰਪਸ਼ਨ ਅਤੇ ਟਿਊਬੂਲਰ ਸਕਰੀਸ਼ਨ, ਠੀਕ ਹੈ। ਸੋ ਟਿਊਬੂਲਰ ਸਕਰੀਸ਼ਨ ਜਿਹੜੀ ਹੈਗੀ ਹੈ ਕੁਛ ਕੇਸਿਸ ਦੇ ਵਿੱਚ ਤਾਂ ਟਿਊਬੂਲਰ ਸਕਰੀਸ਼ਨ ਦੀ ਹੈਲਪ ਦੇ ਨਾਲ ਹੀ ਵੇਸਟ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ, ਠੀਕ ਹੈ। ਇਹ ਜੋ ਸਾਰੀ ਪ੍ਰੋਸੈਸ ਹੋਈ ਹੈ ਨਾ ਇਹੀ ਵੇਸਟ ਹੁੰਦੀ ਹੈ, ਪਰ ਸਾਡੇ ਕੇਸ ਦੇ ਵਿੱਚ ਕੀ ਹੈ, ਗਲੋਮੇਰੂਲਰ ਫਿਲਟਰੇਟ ਹੁਣ ਪੂਰੇ ਤਰੀਕੇ ਦੇ ਨਾਲ ਕੁਲੈਕਟਿੰਗ ਡਕਟ ਦੇ ਕੋਲ ਪਹੁੰਚ ਚੁੱਕਾ ਹੈਗਾ। ਇਹਦੇ ਵਿੱਚੋਂ ਦੀ ਜਿੰਨੀ ਰੀਐਬਜ਼ੋਰਪਸ਼ਨ ਹੋਣੀ ਸੀ ਹੋ ਚੁੱਕੀ ਹੈ, ਹੁਣ ਫਾਈਨਲ ਯੂਰੀਨ ਬਣ ਚੁੱਕਾ ਹੈਗਾ, ਠੀਕ ਹੈ, ਸਮਝਦੇ ਹੋ। ਸੋ ਨੈਚੁਰਲੀ, ਹੈ ਨਾ, ਮੈਂ ਤਾਂ ਤੁਹਾਨੂੰ ਕਿਹਾ ਸੀਗਾ ਕਿ ਫਿਲਟਰੇਟ ਦਾ, ਗਲੋਮੇਰੂਲਰ ਫਿਲਟਰੇਟ ਦਾ ਬਹੁਤ ਜ਼ਿਆਦਾ ਸੀਗਾ, 180 ਲੀਟਰ ਸੀਗਾ, ਪਰ ਯੂਰੀਨ ਉਹਦੇ ਮੁਕਾਬਲੇ ਦੇ ਵਿੱਚ ਕਿਤੇ ਘੱਟ ਹੈ। ਕਿਉਂ? ਕਿਉਂਕਿ ਯੂਰੀਨ ਜਿਹੜਾ ਹੈਗਾ ਘੱਟ ਹੀ ਪਾਸ ਆਊਟ ਹੋਣਾ ਚਾਹੀਦਾ, ਨਹੀਂ ਤਾਂ ਸਾਡੀ ਤਾਂ ਬੋਡੀ ਦੇ ਸਾਰੇ ਇੰਪੋਰਟੈਂਟ ਤੱਤ ਜਿਹੜੇ ਹੈਗੇ ਆ ਉਹ ਨਿਕਲ ਜਾਣਗੇ। ਸੋ ਇਸ ਤਰੀਕੇ ਦੇ ਨਾਲ ਯੂਰੀਥਰਾਂ ਦੀ ਮਦਦ ਦੇ ਨਾਲ, ਠੀਕ ਹੈ, ਜੇ ਤੁਹਾਨੂੰ ਪਤਾ ਹੀ ਆ ਉਹ ਸਾਰਾ ਕਿਡਨੀ ਦੇ ਨਾਲ ਯੂਰੀਟਰ ਲੱਗਾ ਹੋਇਆ, ਉੱਥੋਂ ਦੀ ਯੂਰੀਨਰੀ ਬਲੈਡਰ 'ਚ ਜਾਏਗਾ ਯੂਰੀਨ, ਇਹ ਤਾਂ ਸਾਰੀ ਕਿਡਨੀ ਦਾ ਹੀ ਰੋਲ ਸੀ ਨਾ, ਅਤੇ ਉੱਥੋਂ ਦੀ ਯੂਰੀਥਰਾਂ ਦੇ ਥਰੂ ਬਾਹਰ ਕੱਢ ਦਿੱਤਾ ਜਾਏਗਾ। ਇੱਥੇ ਤੱਕ ਤੁਸੀਂ ਸਾਰਿਆਂ ਸਮਝਣਾ ਯੂਰੀਨ ਫੋਰਮੇਸ਼ਨ। ਫਿਰ ਤੁਹਾਨੂੰ ਪੜ੍ਹਾਵਾਂਗੇ ਕਾਊਂਟਰ ਕਰੰਟ ਮੈਕਾਨਿਜ਼ਮ ਹੈਗਾ ਜਿਹਦੇ 'ਚ ਯੂਰੀਨ ਨੂੰ ਚੰਗੇ ਤਰੀਕੇ ਨਾਲ ਕੰਸੈਂਟਰੇਟ ਕਰਨਾ ਹੈਗਾ। ਓਕੇ।